ਸਿੱਧੂ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ। ਰੂਹ ਭਟਕਦੀ ਨੂੰ ਸ਼ਾਂਤੀ ਤਾਂ ਪਰਮਾਤਮਾ ਨੇ ਦਿੱਤੀ ਆ। ਮੈਂ ਤਾਂ ਇੱਕੋ ਗੱਲ ਕਹੂੰਗਾ ਮੋਦੀ ਜੀ, ਇਸ ਗੱਲ ਦਾ ਤਾਂ ਇਨਸਾਨੀਅਤ ਤੌਰ ਦੇ ਉੱਤੇ ਹੀ ਬੰਦਾ ਸੋਚ ਲੈਂਦਾ ਵੀ ਨਹੀਂ, ਇਹਨੇ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਦਾ ਅਤੇ ਪੰਜਾਬੀਆਂ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਚਮਕਾਇਆ ਸੀ। ਨਿਰਾਪੁਰਾ ਰਾਜਨੀਤੀ ਰੋਟੀਆਂ ਸੇਕਣ ਦੀ, ਹਰ ਗੱਲ ਦੇ ਵਿੱਚ ਰਾਜਨੀਤੀ ਨਾ ਸੇਕੋ। ਪੰਜਾਬ ਦੇ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੱਲੋਂ ਹੀ ਇਹ ਆਵਾਜ਼ ਜਾਣੀ ਚਾਹੀਦੀ ਆ ਮੋਦੀ ਦੇ ਕੰਨਾਂ ਤੱਕ, ਅਤੇ ਮੋਦੀ ਦੇ ਜਿਹੜੇ ਹੈਲਥ ਮੰਤਰੀ ਨੇ, ਥੋੜ੍ਹਾ ਜਿਹਾ ਪਰਮਾਤਮਾ ਤੋਂ ਡਰ ਕੇ ਰਾਜਨੀਤੀ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਅਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਕੌਰ। ਪਿਛਲੇ ਕੁਛ ਦਿਨ ਪਹਿਲੇ ਬਲਕੌਰ ਸਿੰਘ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ, ਜਿਹੜਾ ਕਿ IVF ਦੇ ਰਾਹੀਂ ਬੱਚੇ ਦੀ ਜਨਮ ਪੈਦਾਇਸ਼ ਹੁੰਦੀ ਹੈ, ਅਤੇ ਉਸ ਪੈਦਾਇਸ਼ 'ਤੇ ਕੇਂਦਰ ਸਰਕਾਰ ਵੱਲੋਂ ਇੱਕ ਸਵਾਲੀਆ ਨਿਸ਼ਾਨ ਖੜਾ ਕੀਤਾ ਜਾਂਦਾ ਹੈ। ਮਾਤਾ ਚਰਨ ਕੌਰ ਦੀ ਜਿਹੜੀ ਪ੍ਰੈਗਨੈਂਸੀ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਸਾਬਿਤ ਕੀਤਾ ਜਾਵੇ ਕਿ ਇਹ ਬੱਚਾ ਉਹਨਾਂ ਦਾ ਹੀ ਹੈ। ਇਹ ਕਿੱਥੇ ਤੱਕ ਜਾਇਜ਼ ਹੈ, ਕਿੱਥੇ ਤੱਕ ਨਾਜਾਇਜ਼ ਹੈ ਸਵਾਲ ਖੜਾ ਕਰਨਾ ਕੇਂਦਰ ਸਰਕਾਰ ਵੱਲੋਂ, ਇਸ ਬਾਰੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਆਪ ਵਿਧਾਇਕ MLA ਅਸ਼ੋਕ ਪ੍ਰੈਸ਼ਰ ਪੱਪੇ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਹੈ ਜੀ। ਸਰ, ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਵੱਲੋਂ ਬਲਕੌਰ ਸਿੰਘ ਅਤੇ ਉਹਨਾਂ ਦੀ ਵਾਈਫ ਦੇ ਉੱਪਰ ਜਿਹੜਾ ਇਹ ਬੱਚੇ ਦੀ ਪੈਦਾਇਸ਼ 'ਤੇ ਸਵਾਲੀਆ ਨਿਸ਼ਾਨ ਚੱਕਿਆ ਗਿਆ, ਔਰ ਉਹਨਾਂ ਕੋਲੋਂ ਬਾਏ ਲਾਅ ਇੱਕ ਪਰੂਫ ਮੰਗਿਆ ਗਿਆ ਕਿ ਤੁਹਾਡਾ ਬੱਚਾ ਹੈ ਕਿ ਨਹੀਂ, ਕਿੱਦਾਂ ਦੇਖਦੇ ਹੋ ਇਸ ਚੀਜ਼? ਸਭ ਨਾਲੋਂ ਪਹਿਲਾਂ ਤਾਂ ਮੈਂ ਜਿੱਥੇ ਸਿੱਧੂ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ, ਔਰ ਉੱਥੇ ਪਰਮਾਤਮਾ ਦਾ ਵੀ ਸ਼ੁਕਰਾਨਾ ਕਰਦਾ ਕਿ ਕਿਸੇ ਮਾਂ ਨੂੰ ਰੂਹ ਭਟਕਦੀ ਨੂੰ ਸ਼ਾਂਤੀ ਤਾਂ ਪਰਮਾਤਮਾ ਨੇ ਦਿੱਤੀ ਆ। ਜਿੱਥੇ ਤੱਕ ਤੁਹਾਡਾ ਹੈਗਾ ਸਵਾਲ ਵੀ ਕੇਂਦਰ ਸਰਕਾਰ ਵੱਲੋਂ, ਮੈਂ ਤਾਂ ਇੱਕੋ ਗੱਲ ਕਹੂੰਗਾ ਮੋਦੀ ਜੀ, ਥੋੜ੍ਹਾ ਬਹੁਤਾ ਆਪਣੇ ਥੱਲੇ ਇਸ ਹੈਲਥ ਮਹਿਕਮੇ ਨੂੰ ਅਤੇ ਉਹਨਾਂ ਦੇ ਮੰਤਰੀ ਸਾਹਿਬਾਨਾਂ ਨੂੰ, ਇਸ ਗੱਲ ਦਾ ਤਾਂ ਇਨਸਾਨੀਅਤ ਤੌਰ ਦੇ ਉੱਤੇ ਹੀ ਬੰਦਾ ਸੋਚ ਲੈਂਦਾ ਵੀ ਨਹੀਂ, ਪਰਮਾਤਮਾ ਨੇ ਐਡਾ ਵੱਡਾ ਐਕਸੀਡੈਂਟ ਉਸ ਪਰਿਵਾਰ ਦੇ ਨਾਲ, ਅਤੇ ਉਹ ਸਾਡਾ ਹੋਣਹਾਰ ਜਿਹੜਾ ਪੰਜਾਬ ਦਾ ਯੋਧਾ ਕਹਿ ਸਕਦਾ ਮੈਂ, ਜਿਹੜਾ ਜਿਹਨੇ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਦਾ ਅਤੇ ਪੰਜਾਬੀਆਂ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਚਮਕਾਇਆ ਸੀ, ਉਹਦਾ ਐਕਸੀਡੈਂਟ ਤੋਂ ਬਾਅਦ ਅਗਰ ਉਹਦੀ ਮਾਂ ਦੇ ਕੁੱਖ ਸੁਲੱਖਣੀ ਹੋਈ ਆ, ਅਤੇ ਫਿਰ ਆਪਾਂ ਨੂੰ ਤਾਂ ਸਾਰਿਆਂ ਨੂੰ ਉਸ ਗੱਲ ਦੀ ਖੁਸ਼ੀ ਚਾਹੀਦੀ ਆ ਭਾਰਤ ਵਾਸੀਆਂ ਨੂੰ। ਬਾਹਰ ਬੈਠੇ ਲੋਕ ਜਿਹੜੇ ਭਾਰਤ ਤੋਂ ਬਾਹਰ ਬੈਠੇ ਆ, ਉਹਨਾਂ ਨੇ ਵੀ ਉਹ ਖੁਸ਼ੀ ਦੇ ਵਿੱਚ ਆਪਣਾ ਜ਼ਾਹਿਰ ਕੀਤੀ ਆ ਖੁਸ਼ੀ। ਇਸ ਕਰਕੇ ਕੇਂਦਰ ਸਰਕਾਰ ਨੂੰ ਥੋੜ੍ਹਾ ਬਹੁਤਾ ਇਨਸਾਨੀਅਤ ਤੌਰ ਦੇ ਉੱਤੇ ਲਾ ਲਓ। ਨਿਰਾਪੁਰਾ ਰਾਜਨੀਤੀ ਰੋਟੀਆਂ ਸੇਕਣ ਦੀ, ਹਰ ਗੱਲ ਦੇ ਵਿੱਚ ਰਾਜਨੀਤੀ ਨਾ ਸੇਕੋ। ਇਹ BJP ਵਾਲੇ ਹੋ ਜਿਹੜੇ ਪੰਜਾਬ ਦੇ ਵਿੱਚ ਬੈਠੇ ਤੁਸੀਂ ਗੱਲਾਂ ਕਰਦੇ ਹੋ, ਕਿਵੇਂ ਲੋਕਾਂ ਕੋਲ ਜਾਓਗੇ, ਕਿਹੜਾ ਮੂੰਹ ਲੈ ਕੇ ਜਾਓਗੇ ਵੋਟਾਂ ਮੰਗਣ ਲਈ ਤੁਸੀਂ BJP ਵਾਲੇ? ਅੱਜ ਤੁਹਾਡੇ ਵੱਲੋਂ ਹੀ ਪੰਜਾਬ ਦੇ, ਮੈਂ BJP ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੱਲੋਂ ਹੀ ਇਹ ਆਵਾਜ਼ ਜਾਣੀ ਚਾਹੀਦੀ ਆ ਮੋਦੀ ਦੇ ਕੰਨਾਂ ਤੱਕ, ਅਤੇ ਮੋਦੀ ਦੇ ਜਿਹੜੇ ਹੈਲਥ ਮੰਤਰੀ ਨੇ, ਵੀ ਥੋੜ੍ਹੀ ਬਹੁਤੀ ਇਨਸਾਨੀਅਤ ਦੇ ਤੌਰ 'ਤੇ ਹੀ ਸੋਚ ਲਓ, ਨਾ ਇੰਨੀ ਇਨਸਾਨੀਅਤ ਨੂੰ ਥੱਲੇ ਸੁੱਟੋ, ਥੋੜ੍ਹਾ ਜਿਹਾ ਪਰਮਾਤਮਾ ਤੋਂ ਡਰ ਕੇ ਰਾਜਨੀਤੀ ਕਰੋ। ਹਾਲਾਂਕਿ ਮਾਨ ਸਾਹਿਬ ਵੱਲੋਂ ਕਲੈਰੀਫਿਕੇਸ਼ਨ ਦਿੱਤੀ ਗਈ ਹੈ, ਵਿੱਚ ਕਿਹਾ ਗਿਆ ਹੈ ਕਿ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਪਰੂਫ ਮੰਗਿਆ ਗਿਆ, ਜਦਕਿ ਆਪ ਸਰਕਾਰ ਵੱਲੋਂ ਨਹੀਂ, ਸੂਬਾ ਸਰਕਾਰ ਵੱਲੋਂ ਨਹੀਂ ਮੰਗਿਆ ਗਿਆ, ਕਿੱਥੇ ਕੀ ਦੇਖਦੇ ਹੋ ਕਿ ਇਹ ਸਿੱਧੇ ਤੌਰ 'ਤੇ ਜਿਵੇਂ ਕਿ ਸਿੱਧੂ ਦਾ ਪਿੱਛੇ ਕਤਲ ਹੋਇਆ ਸੀ, ਉਸ ਤੋਂ ਬਾਅਦ ਉਹਦੇ ਪੇਰੈਂਟਸ ਕੋਲੋਂ ਇਹ ਸਵਾਲ ਮੰਗਣਾ ਸਿੱਧੇ ਤੌਰ 'ਤੇ ਰਾਜਨੀਤੀ ਹੈ? ਨਹੀਂ, ਰਾਜਨੀਤੀ ਨਹੀਂ, ਮੈਂ ਤਾਂ ਇਹਨੂੰ ਕਹੂੰਗਾ ਸਭ ਨਾਲੋਂ ਛੋਟੀ ਗੱਲ ਹੈ ਇਹ। ਰਾਜਨੀਤੀ ਤਾਂ ਬੰਦਿਆਂ ਦੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਰਹਿੰਦੀਆਂ ਨੇ,
ਪਰ ਸਾਡੇ ਮਨ ਨੂੰ ਜਿਹੜੀ ਹਰ ਬੰਦਾ ਅੱਜ ਪੰਜਾਬੀ ਜਿਹੜਾ ਵਾ ਪੰਜਾਬ 'ਚ ਰਹਿਣ ਵਾਲਾ ਚਾਹੇ ਭਾਰਤ ਦੇ ਆ ਚਾਹੇ ਭਾਰਤ ਤੋਂ ਬਾਹਰ ਵੱਸਦੇ ਭਾਰਤੀਏ ਨੇ ਉਹਨਾਂ ਦਾ ਵੀ ਮਨ ਨੂੰ ਇੱਕ ਸਕੂਨ ਹੋਇਆ ਵੀ ਚਲੋ ਉਹਦੀ ਮਾਂ ਨੂੰ ਕਮ ਸੇ ਕਮ ਆਪਣੇ ਪਰਿਵਾਰ ਦੇ ਵਿੱਚ ਇੱਕ ਜੀ ਨਾ ਖੇਡਣ ਲਈ ਆਪਣਾ ਸਮਾਂ ਤਾਂ ਉਹ ਧੰਨ ਮਾਂ ਵਾ ਜਿਹਦੇ ਉੱਤੇ ਜਿਹਦਾ ਪਹਾੜ ਜਿੱਡਾ ਪੁੱਤ ਗਿਰ ਗਿਆ ਸੀ ਉਹਨੂੰ ਅੱਜ ਪਰਮਾਤਮਾ ਨੇ ਕੋਈ ਓਟ ਆਸਰਾ ਦਿੱਤਾ ਵਾ ਸੱਚੇ ਪਾਤਸ਼ਾਹ ਨੇ ਤਾਂ ਉਹਦਾ ਸ਼ੁਕਰਾਨਾ ਵੀ ਅਸੀਂ ਕਰਦੇ ਹਾਂ ਪਰ ਕੇਂਦਰ ਸਰਕਾਰ ਨੂੰ ਕਹਾਂਗੇ ਵੀ ਇਹੋ ਜਿਹੀ ਰਾਜਨੀਤੀ ਛੋਟੀ ਰਾਜਨੀਤੀ ਨਾ ਕਰੋ ਪੰਜਾਬ ਦੇ ਜਿੰਨੇ ਭਾਜਪਾ ਦੇ ਹੈਗੇ ਆ ਉਹਨਾਂ ਨੂੰ ਚਾਹੀਦਾ ਮੋਦੀ ਨਾਲ ਇਹ ਗੱਲ ਕਰ ਡਾਇਰੈਕਟਲੀ ਕਰਕੇ ਇਹ ਗੱਲ ਨੂੰ ਦੁਬਾਰਾ ਖਲੇਰਨਾ ਨਹੀਂ ਚਾਹੀਦਾ ਇਹਨੂੰ ਇੱਥੇ ਹੀ ਸਮਾਪਤ ਕਰਨਾ ਚਾਹੀਦਾ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਵੱਲੋਂ ਬਿਲਕੁਲ ਵੀਡੀਓ ਦੇ ਰਾਹੀਂ ਇੱਕ ਸੰਦੇਸ਼ ਜਿਹੜਾ ਲੋਕਾਂ ਤੱਕ ਪਹੁੰਚਾਇਆ ਗਿਆ ਕਿ ਉਹ ਕਾਫੀ ਆਪਣੀ ਨਿਰਾਸ਼ਾ ਉਹਦੇ 'ਚ ਜ਼ਾਹਿਰ ਕਰ ਰਹੇ ਨੇ ਕਿ ਕੇਂਦਰ ਸਰਕਾਰ ਨੂੰ ਇੰਨਾ ਸਮਝਣਾ ਚਾਹੀਦਾ ਕਿ ਮੈਂ ਸਾਬਕਾ ਫੌਜੀ ਰਿਹਾ ਅਤੇ ਮੈਂ ਕਿਤੇ ਪਾਸੇ ਵੀ ਭੱਜਦਾ ਨਹੀਂ ਮੈਂ ਪੂਰੀ ਕਲੈਰੀਫਿਕੇਸ਼ਨ ਦਊਂਗਾ ਪਰ ਸਾਡੇ ਟ੍ਰੀਟਮੈਂਟ ਦਾ ਜਿਹੜਾ ਉਹਨਾਂ ਨੇ ਬੋਲਿਆ ਕਿ ਜਿਹੜਾ ਪ੍ਰੋਸੈਸ ਹੈ ਉਹ ਪੂਰਾ ਹੋ ਲੈਣ ਦਿੱਤਾ ਜਾਵੇ ਕੀ ਲੱਗਦਾ ਕਿ ਪ੍ਰੋਸੈਸ ਪੂਰਾ ਹੋ ਨਹੀਂ ਦਿੱਤਾ ਗਿਆ ਕਿਉਂਕਿ ਇਹ IVF ਤਕਨੀਕ ਹੀ ਇੱਦਾਂ ਦੀ ਹੈ ਕਿ ਇਹ ਪ੍ਰੋਸੈਸ ਲੰਬਾ ਚੱਲਦਾ ਅਤੇ ਉਹਨਾਂ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ? ਦੇਖੋ ਕਿਉਂ ਨਹੀਂ ਦੇਣਾ ਚਾਹੀਦਾ ਸਮਾਂ ਕੀ ਮੈਂ ਕਹਿੰਦਾ ਇਹੋ ਜਿਹੀ ਗੱਲ ਹੀ ਇਸ ਮੌਕੇ 'ਤੇ ਨਹੀਂ ਚਾਹੀਦੀ ਸੀ ਉਹਨਾਂ ਦੇ ਤਾਂ ਮਨ ਨੂੰ ਉਹਨਾਂ ਦੇ ਤਾਂ ਪਰਮਾਤਮਾ ਨੇ ਮੱਲਮ ਲਾਈ ਮੱਲਮ ਲਾਉਣ ਤੋਂ ਬਾਅਦ ਤੁਸੀਂ ਫਿਰ ਜ਼ਖਮ ਉਹਨਾਂ ਦੇ ਖੇੜੀ ਜਾਂਦੇ ਹੋ ਉਹਨੂੰ ਪਰਮਾਤਮਾ ਦਾ ਤੁਸੀਂ ਵੀ ਉਹਦੀ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਜੱਗ ਜ਼ਾਹਿਰ ਕਰੋ ਤੁਸੀਂ ਰਾਜਨੀਤੀ ਨਾ ਕਰੋ ਉਹ ਪਰਮਾਤਮਾ ਨੇ ਉਹਦੇ ਘਰ ਦੇ ਵਿੱਚ ਸ਼ੁਕਰਾਨਾ ਪਰਮਾਤਮਾ ਦਾ ਕੋਟੀ ਕੋਟੀ ਜਿਹੜਾ ਇਹੋ ਜਿਹਾ ਟਾਈਮ ਆ ਕੇ ਉਹ ਮਾਂ ਨੂੰ ਕਮ ਸੇ ਕਮ ਜਿਹੜੇ ਉਹਦੇ ਸਾਹ ਹੈਗੇ ਆ ਉਹ ਤਾਂ ਸੌਖੇ ਮਿਲੂਗੇ ਪਿਓ ਨੂੰ ਸੌਖੇ ਮਿਲੂਗੇ ਇਸ ਕਰਕੇ ਇਹ ਗੱਲਾਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੈਂ ਸਮਝਦਾ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕੇਂਦਰ ਨੂੰ ਇਹੋ ਜਿਹੇ ਕੰਮ ਦੇ ਵਿੱਚ ਕਦੇ ਦਖਲ ਦੇਣਾ ਨਹੀਂ ਚਾਹੀਦਾ ਥੋੜ੍ਹਾ ਜਿਹਾ ਜੋ ਤੁਹਾਡੀ ਫੋਰਮੈਲਿਟੀ ਚਾਹੀਦੀ ਹੈ ਤੁਹਾਨੂੰ ਕਾਨੂੰਨੀ ਤੌਰ 'ਤੇ ਜੋ ਕੁਝ ਤੁਹਾਡਾ ਕਾਨੂੰਨ ਕਹਿੰਦਾ ਵਾ ਉਹਨੂੰ ਆਰਾਮ ਨਾਲ ਕਰ ਲਿਓ ਕੋਈ ਉਹ ਛੱਡ ਕੇ ਥੋੜ੍ਹਾ ਚੱਲੇ ਆ ਉਹ ਤਾਂ ਪੰਜਾਬ ਦੀ ਖੁਸ਼ੀ ਦੇ ਵਿੱਚ ਬੈਠੇ ਆ ਅੱਜ ਪੰਜਾਬ ਦੇ ਵਿੱਚ ਬੈਠੇ ਆ ਉਹਨਾਂ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਇੱਕ ਕਮੀ ਸੀ ਜਿਹੜੀ ਪੁੱਤ ਦੀ ਉਹ ਉਹਨਾਂ ਨੂੰ ਦਿਖਦੀ ਸੀ ਅੱਜ ਪਰਮਾਤਮਾ ਨੇ ਅਗਰ ਉਹਨਾਂ ਦੀ ਉਹ ਕਮੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਪੁੱਤ ਦੇ ਕੇ ਤਾਂ ਉਹਦੇ ਵਿੱਚ ਸਾਰਿਆਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਆ ਕੇਂਦਰ ਸਰਕਾਰ ਵੀ ਵਿੱਚ ਭਾਗੀਦਾਰ ਹੋਣੀ ਚਾਹੀਦੀ ਹੈ ਇਸ ਖੁਸ਼ੀ ਦੇ। ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਜਿਵੇਂ ਕਿ IVF ਦੇ ਰਾਹੀਂ ਇੱਕ ਬੱਚੇ ਦੀ ਉਪਲਬਧੀ ਆਉਂਦੀ ਹੈ ਜੇ ਆਪਾਂ ਉਪਲਬਧੀ ਹੀ ਕਹਿ ਸਕਦੇ ਹਾਂ ਉਹਨਾਂ ਨੇ ਇੱਕ ਹਾਸਿਲ ਕੀਤੀ ਹੈ ਕਿਉਂਕਿ 58 ਸਾਲ ਦੀ ਉਮਰ 'ਚ ਇਹ ਉਪਲਬਧੀ ਜਿਹੜੀ ਹੈ ਹਰ ਕੋਈ ਨਹੀਂ ਹਾਸਿਲ ਕਰ ਸਕਦਾ ਕਿਉਂਕਿ ਸਰੀਰਕ ਤੌਰ 'ਤੇ ਵੀ ਜਿਹੜੀਆਂ ਔਰਤਾਂ ਮਹਿਲਾਵਾਂ ਹੁੰਦੀਆਂ ਉਹ ਕਮਜ਼ੋਰ ਹੋ ਜਾਂਦੀਆਂ। ਕੀ ਲੱਗਦਾ ਕਿ ਇਹੋ ਜਿਹੇ ਜਿਹੜਾ IVF ਦਾ ਪ੍ਰੋਸੈਸ ਹੈ ਉਹਦੇ ਰਾਹੀਂ ਜਿਹੜੇ ਬੇਔਲਾਦ ਜੋੜੇ ਨੇ ਉਹਨਾਂ ਲਈ ਇਹ ਸਹਾਇਕ ਤਾਂ ਸਿੱਧ ਹੋ ਸਕਦਾ ਲੇਕਿਨ ਉਹਨਾਂ ਦੀ ਕਿਤੇ ਨਾ ਕਿਤੇ ਪਰੇਸ਼ਾਨੀਆਂ ਨਹੀਂ ਵੱਧ ਜਾਂਦੀਆਂ ਇਸ ਤਰ੍ਹਾਂ? ਮਾਲਕ ਦੇ ਰੰਗਾਂ ਦਾ ਕੋਈ ਨਹੀਂ ਹਿਸਾਬ ਲਾ ਸਕਿਆ ਅੱਜ ਤੱਕ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਮਜ਼ੋਰੀ ਜਾਂ ਟਾਈਮ ਦਾ ਸਿਸਟਮ ਆ, ਇਸ ਕਰਕੇ ਮਾਲਕ ਦੇ ਰੰਗਾਂ ਦਾ ਕੋਈ ਨਹੀਂ ਹਿਸਾਬ ਲਾ ਸਕਿਆ, ਉਹਦੇ ਰੰਗਾਂ ਨੂੰ ਉਹੀ ਜਾਣਦਾ ਵਾ। ਪਰ ਜੇ ਪਰਮਾਤਮਾ ਨੇ ਆਪਣੇ ਕੋਈ ਵਧੀਆ ਰੰਗ ਦਿੱਤਾ ਵਾ ਜਾਂ ਉਹਨੂੰ ਕਮ ਸੇ ਕਮ ਆਨੰਦ ਮਾਨਣ ਦਾ ਤਾਂ ਸਮਾਂ ਦਿਓ ਨਾ ਤੁਸੀਂ। ਪਰਮਾਤਮਾ ਨੇ ਉਹਦੇ ਘਰ ਭਾਗ ਲਾਏ ਆ, ਹੁਣ ਉਹਨੂੰ ਖੁਸ਼ੀ ਮਨਾਉਣ ਦਿਓ। ਤੁਸੀਂ ਦੇਖਿਆ ਹੋਣਾ ਉਹ ਪਿਛਲੇ ਜਦੋਂ ਦਾ ਪੁੱਤ ਗਿਆ ਦੋਨੇ ਮੀਆਂ ਬੀਬੀ ਕਿਵੇਂ ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਸੀ। ਇਸ ਕਰਕੇ ਇਹਨਾਂ ਲੋਕਾਂ ਨੂੰ ਇਹੋ ਜਿਹਾ ਕੰਮ ਨਹੀਂ ਚਾਹੀਦਾ। ਕੇਂਦਰ ਸਰਕਾਰ ਨੂੰ ਮੈਂ
ਤੁਹਾਡੇ ਰਾਹੀਂ ਔਰ ਆਮ ਪੰਜਾਬੀਆਂ ਵੱਲੋਂ ਕਹਿਣਾ ਵੀ ਹੁਣ ਇਹਦੇ 'ਤੇ ਰਾਜਨੀਤੀ ਨਾ ਕਰੋ, ਉਹਨਾਂ ਦਾ ਪਰਿਵਾਰ ਆ, ਘੁੱਗ ਵਸੇ ਔਰ ਅੱਗੇ ਚੱਲੇ ਔਰ ਆਪਣਾ ਜਿਵੇਂ ਸਿੱਧੂ ਨੇ ਨਾਮ ਕਮਾਇਆ, ਉਹ ਆਉਣ ਵਾਲੇ ਜਿਹੜਾ ਬੱਚਾ ਵਾ ਉਹ ਵੀ ਉਸੇ ਤਰ੍ਹਾਂ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਨਾਮ ਕਮਾਵੇ ਦੁਨੀਆ 'ਚ। ਸੋ ਅਸੀਂ ਐਮ ਐਲ ਏ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਇਸ ਬਾਰੇ ਜਾਣਕਾਰੀ ਵੀ ਉਹਨਾਂ ਦਾ ਜਿਹੜਾ ਪੁਆਇੰਟ ਆਫ ਵਿਊ ਆ ਉਹ ਵੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡਾ ਕੀ ਕਹਿਣਾ ਹੈ ਇਸ ਬਾਰੇ, ਕਮੈਂਟ ਸੈਕਸ਼ਨਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਫਿਰ ਮਿਲਾਂਗੇ, ਉਦੋਂ ਤੱਕ ਬਣੇ ਰਹੋ। ਕੈਮਰਾਮੈਨ ਹੈਪੀ ਦੇ ਨਾਲ ਜਸਪ੍ਰੀਤ, ਸਿਟੀ ਹੋਮ ਨਿਊਜ਼।